ਅੱਜ ਪੂਰੀ ਜੀ ਬਣਾਣੀ ਪੂਰੀ ਵਿੱਚ ਆਵੇ ਹਾਂ ਉਹਦੀ ਰਾਤ ਪੂਰੀ ਲੈਂਦੀ ਕਿ ਨਹੀਂ ਜੀ ਪੂਰੀ ਗਲੇ ਸਮੇਤ ਆਉਣੀ ਚਾਹੀਦੀ ਹੈ ਗਲੇ ਸਮੇਤ ਹੀ ਆਏਗੀ ਮੇਰੀ ਜਾਨ ਆ ਗਈ ਸਹੀ ਮੇਰੇ ਨਾਲ ਪੀਣੀ ਤੂੰ ਚਾਹ ਹਾਂ ਸਰ ਭਾਈ ਸਹੀ ਹੋ ਗਿਆ ਅਸਲਾਮ ਵਾਲੇਕੁਮ ਉਸਮਾਨ ਭਾਈ ਐਮ ਐਕਸੀ ਜੇ ਡਿਜ਼ਾਈਨ ਠੀਕ ਹੈ ਸੇਮ ਇਸੇ ਤਰ੍ਹਾਂ ਬਣਨਾ ਜੇ ਸਿਰਫ ਔਰ ਸਿਰਫ ਇਹਦੀ ਜਿਹੜੀ ਹੈ ਨਾ ਬਾਡੀ ਇਹ ਖਤਮ ਕਰਕੇ ਇਹ ਇਸ ਤਰ੍ਹਾਂ ਗਲਾ ਬਣਾਉਣਾ ਇੰਨਾ ਠੀਕ ਹੈ ਇਤਨਾ ਗਲਾ ਬਣਾ ਕੇ ਠੀਕ ਹੈ ਇਹ ਜੋ ਇਹ ਬਾਕੀ ਖਤਮ ਕਰ ਦੇਣਾ ਇਹ ਛੜੀਆਂ ਉੱਪਰ ਤੱਕ ਲੈ ਆਉਣੀ ਹੈ ਇਹ ਛੜੀਆਂ ਉੱਪਰ ਤੱਕ ਲਾ ਕੇ ਨਾ ਬਾਕੀ ਸਾਰਾ ਜਾਲ ਐਸੇ ਸੇਮ ਆ ਜਾਏਗਾ ਠੀਕ ਹੈ ਔਰ ਉਸਕੇ ਬਾਅਦ ਇਸਕਾ ਮੈਕਸੀ ਨੈਟ ਪੇ ਬਣਨੀ ਹੈ ਠੀਕ ਹੈ ਮੈਕਸੀ ਕਾ ਕਲਰ ਗ੍ਰੇ ਹੋਗਾ ਦੁਪੱਟੇ ਕਾ ਕਲਰ ਮਿੰਟ ਹੋਗਾ ਮੈਂ ਕਲਰ ਆਪਕੋ ਸ਼ੇਡ ਸੇ ਸੈਂਡ ਕਰ ਦੇਤਾ ਹੂੰ ਔਰ ਮੈਕਸੀ ਕੇ ਬਾਰਡਰ ਮੇ ਔਰ ਜਾਲ ਕੇ ਅੰਦਰ ਨਾ 40 ਨੰਬਰ ਸਟੋਨ ਲਗਵਾਉਣੇ ਹੈ ਦੁਪੱਟੇ ਕੇ ਕਲਰ ਕੇ ਮਿੰਟ ਕਲਰ ਕੇ ਠੀਕ ਹੈ ਉਸਮਾਨ ਭਾਈ ਇਹ ਤਾਂ ਦੁਪੱਟਾ ਜੇ ਦੁਪੱਟਾ ਬਿਲਕੁਲ ਸੇਮ ਬਣਨਾ ਜੇ ਠੀਕ ਹੈ ਬਾਜ਼ੂ 'ਤੇ ਜਿਹੜੀ ਪੱਟੀ ਹੈ ਬਾਜ਼ੂ ਦੀ ਪੱਟੀ ਬਣਨੀ ਅਤੇ ਸਪਰੇਅ ਜਿਹੜਾ ਸੰਘਣਾ ਹੋਣਾ ਜੇ ਉਸਮਾਨ ਭਾਈ ਮੈਕਸੀ ਗ੍ਰੇ ਕਲਰ 'ਚ ਬਣਨੀ ਜੇ ਇਹ ਸ਼ੇਡ ਆਏਗੀ ਠੀਕ ਹੋ ਗਿਆ ਅਤੇ ਦੁਪੱਟਾ ਜਿਹੜਾ ਵੇ ਨਾ ਇਸ ਕਲਰ ਦਾ ਬਣਨਾ ਜੇ ਠੀਕ ਹੈ ਕਟਿੰਗਾਂ ਮੇਰੇ ਕੋਲ ਨੇ ਕਹੋਗੇ ਉਹ ਤੁਹਾਨੂੰ ਦੇ ਦਿਆਂਗੇ ਠੀਕ ਹੈ ਮੁਕੰਮਲ ਨੈਟ 'ਤੇ ਤਿਆਰ ਹੋਣਾ ਜੇ ਅਤੇ ਮੈਕਸੀ 'ਤੇ 40 ਨੰਬਰ ਸਟੋਨ ਜਿਹੜੇ ਨਾ ਇਹ ਦੁਪੱਟੇ ਵਾਲੇ ਕਲਰ ਦੇ ਮੈਕਸੀ ਦੇ ਵੀ ਲਗਾਉਣੇ ਨੇ ਦੁਪੱਟੇ ਦੇ ਵਿੱਚ ਨਹੀਂ ਲਗਾਉਣੇ ਅਸਲਾਮ ਵਾਲੇਕੁਮ ਪਾਇਨ ਇਹ 3 ਸਟੈਪ ਮੈਕਸੀ ਬਣਾਉਣੀ ਜੇ ਐਸੇ ਡਿਜ਼ਾਈਨ 'ਚ ਪਾਇਨ ਕਲਰ ਇਹ ਬਣਾਉਣਾ ਜੇ ਠੀਕ ਹੈ ਇਹ ਤੁਹਾਨੂੰ ਪਾਰਸਲ ਕਰਾਉਣ ਲੱਗੇ ਹਾਂ ਅਤੇ ਪਾਇਨ ਹੈ ਜਿਹੜਾ ਇਹਦਾ ਉੱਪਰਵਾਲੀ ਫਰਾਕ ਹੈ ਨਾ ਇਹਨੂੰ ਪਾਇਨ ਡੀ ਫਰਾਕ ਕਰ ਦੇਣਾ ਠੀਕ ਹੈ ਇਹ ਤੁਸੀਂ ਇਹਦਾ ਘੇਰਾ ਬਣਾਇਆ ਤਕਰੀਬਨ ਇਹ ਮੇਰੇ ਖਿਆਲ ਕੋਈ 37-38 ਹੈ ਜਿੰਨਾ ਵੀ ਹੈ ਇਹਨੂੰ ਤੁਸੀਂ ਪਾਇਨ 60 ਕਰ ਦੇਣਾ ਪੇਟੀ ਸੇਮ ਇਸੇ ਤਰ੍ਹਾਂ ਰਹੇਗੀ ਅਤੇ ਇਸ ਫਲੇਅਰ ਨੂੰ ਤੁਸੀਂ ਵਧਾ ਕੇ ਇਹਨੂੰ 60 ਇੰਚ ਕਰ ਦੇਣਾ ਸਿਰਫ ਪਹਿਲੇ ਵਾਲੇ ਨੂੰ ਬਾਕੀ ਜਿਸ ਤਰ੍ਹਾਂ ਬਣਾਉਂਦੇ ਹੋ ਇਸੇ ਤਰ੍ਹਾਂ ਹੀ ਬਣਨੇ ਨੇ ਅਤੇ ਪਾਇਨ ਇਹਦੀ ਬੈਕ ਦੇ ਉੱਤੇ ਨਾ ਬੂਟੀਆਂ ਪਾਉਣੀਆਂ ਜੇ ਬੈਕ ਇਹਦੀ ਸਾਦੀ ਨਹੀਂ ਰੱਖਣੀ ਪਾਇਨ ਇਹ ਬੂਟੀਆਂ ਪਾ ਦੇਣਾ ਇਹ ਦੋਵੇਂ ਠੀਕ ਹੈ ਇਹ ਦੋਵੇਂ ਬੂਟੀਆਂ ਬੈਕ 'ਤੇ ਪਾ ਦੇਣਾ ਅਤੇ ਪਾਇਨ ਇਹਦੇ ਬਾਜ਼ੂ ਇਹ ਛੜੀਆਂ ਬਣਾਉਣੀਆਂ ਜੇ ਅਰੇਬੀਆਂ ਇਹ ਵਾਲੀਆਂ ਛੜੀਆਂ ਪਾਇਨ ਠੀਕ ਹੈ ਇਹ ਬਾਜ਼ੂ 'ਤੇ ਇਹ ਛੜੀਆਂ ਤਿਰਛੀਆਂ ਕਰਕੇ ਬਣਾ ਦੇਣੀਆਂ ਅਤੇ ਇਹਦਾ ਪਰਸ ਜਾਲ ਵਾਲਾ ਬਣਾ ਪਰਸ ਵੀ ਇਸੇ ਤਰ੍ਹਾਂ ਹੀ ਬਣਾ ਦੇਣਾ ਇਸੇ ਤਰ੍ਹਾਂ ਹੀ ਛੜੀਆਂ ਦਾ ਪਰਸ ਵੀ ਬਣਾ ਦੇਣਾ ਪਾਇਨ ਇਹਦੀ 7 ਅਕਤੂਬਰ ਦੀ ਵਾਪਸੀ ਜੇ ਬਿਸਮਿਲ੍ਲਾਹਿ ਰਹਿਮਾਨ ਰਹੀਮ ਵੈਲਕਮ ਟੂ ਐਮਬ੍ਰਾਇਡਰ ਹਾਊਸ ਅੱਜ ਹਮ ਆਪਕੇ ਲੀ ਐਸੀ ਮੈਕਸੀ ਲੈ ਕੇ ਆਏ ਹੈ ਜੋ ਕਿ ਫਸਟ ਡੇ ਔਰ ਸੈਕਿੰਡ ਡੇ ਦੋਨੋਂ ਦਿਨ ਹੀ ਪਹਿਨ ਸਕਤੇ ਹੈ ਅਗਰ ਇਹ ਆਪਕੋ ਪਸੰਦ ਆ ਰਹੀ ਹੋਗੀ ਤੋ ਆਪ ਇਸਕੋ ਗੌਰ ਸੇ ਦੇਖੀਏਗਾ ਕਿ ਇਸਮੇ ਵਰਕ ਸਾਰਾ ਹੈਂਡਮੇਡ ਹੈ ਔਰ ਇਹ ਟੋਟਲੀ ਹੈਂਡਮੇਡ ਕਾਮ ਹੀ ਹੈ ਔਰ ਇਹ ਅਭੀ ਕਾਰੋਬਾਰੀ ਪਲੇਸ ਮੇ ਪੜਾ ਹੂਆ ਹੈ ਜਿਸਕੀ ਵਜ੍ਹਾ ਸੇ ਅਭੀ ਆਪਕੋ ਇਨਕੰਪਲੀਟ ਨਜ਼ਰ ਆ ਰਹੀ ਹੈ ਅਭੀ ਇਸਮੇ ਕਾਮ ਹੋਗਾ ਲੇਕਿਨ ਇਹ ਜਾਣੇ ਵਾਲੀ ਚੀਜ਼ ਤੋਂ ਮੈਂ ਸੋਚਿਆ ਕਿ ਆਪਕੇ ਲੀ ਇੱਕ ਵੀਡੀਓ ਨਿਕਾਲ ਲੂੰ ਆਪ ਇਸਕੀ ਇਹ ਪੱਟੀ ਚੱਕ ਕੀਜੀਏ ਇਹ ਪੱਟੀ ਨੀਚੇ ਸੇ ਲੈ ਕੇ ਇਹ ਸਾਈਡ ਪਲੇਸ ਤੱਕ ਜਾ ਰਹੀ ਹੈ ਔਰ ਇਹ ਰਾਈਟ ਪਲੇਸ ਤੱਕ ਦੂਸਰੀ ਪੱਟੀ ਅਗਰ ਆਪ ਮੇਂ ਸੇ ਕਿਸੀ ਕੋ ਵੀ ਇਹ ਖਰੀਦਣਾ ਹੋ ਤੋ ਹਮਾਰੇ ਕੰਟੈਕਟ ਨੰਬਰ ਸੇ ਰਾਬਤਾ ਕਰ ਸਕਤੇ ਹੈ ਕਿਉਂਕਿ ਇਹ ਹਮਾਰੇ ਪਲੇਸ ਮੇਂ ਸੇ ਅਗਰ ਹਮ ਇਹ ਬਣਾ ਕੇ ਅੱਗੇ ਸੇਲ ਕਰਤੇ ਹੈ ਅਗਰ ਸੇਲ ਕਰਤੇ ਹੈ ਬ੍ਰਾਈਡਲ ਹਾਊਸ ਵਾਲੋਂ ਕੋ ਤੋ ਵੋ ਇਸ ਸੇ ਡਬਲ ਦੇਤੇ ਹੈ ਆਪ ਸਭ ਕੋ ਲੇਕਿਨ ਹਮਾਰੇ ਯਹਾਂ ਇਹ 35-36 ਹਜ਼ਾਰ ਕੀ ਹੈ ਔਰ ਵਹਾਂ 70-80 ਹਜ਼ਾਰ ਕੀ ਹੈ ਇਹ ਆਧੇ ਆਧ ਕਾ ਫਰਕ ਇਸੀ ਮੇਂ ਹੀ ਪੜ ਜਾਤਾ ਹੈ ਕਿ ਕਿਉਂਕਿ ਵੋ ਵਹਾਂ ਪੇ ਦੁਕਾਨ ਪਰ ਆ ਚੁੱਕੀ ਹੈ ਤੋ ਅਗਰ ਕਿਸੀ ਬਾਈਕ ਕੋ ਔਡਰ ਪਰ ਤਿਆਰ ਕਰਵਾਉਣੀ ਹੈ ਤੋ ਹਮਸੇ ਰਾਬਤਾ ਕਰ ਸਕਤਾ ਹੈ ਮੈਂ ਆਪਕੋ ਸਾਰਾ ਕੰਟੈਕਟ ਨੰਬਰ ਡਿਟੇਲ ਸਭ ਸੈਂਡ ਯਹਾਂ ਪੇ ਲਿਖ ਦੂੰਗਾ ਅਤੇ ਜਿਸਸੇ ਆਪ ਹਮਸੇ ਰਾਬਤਾ ਕਰ ਸਕਤੇ ਹੈ ਅਗਰ ਆਪਕੋ ਇਹ ਵੀਡੀਓ ਅੱਛੀ ਲੱਗੀ ਹੋ ਤੋ ਸਬਸਕ੍ਰਾਈਬ ਲਾਈਕ ਐਂਡ ਸ਼ੇਅਰ ਜ਼ਰੂਰ ਕੀਜੀਏਗਾ ਸ਼ੁਕਰੀਆ
अस्सलाम वालेकुम उस्मान भाई, एम एक्सी जे डिज़ाइन ठीक है, सेम इस तरह बनना जे, सिर्फ और सिर्फ यदि जी है ना बाडी ए ख़त्म करके ए इस तरह गला बनाना है इन्ना, ठीक है, इतना गला बना के, ठीक है, ये जो ये बाकी ख़त्म कर देना है, ये छड़ियाँ ऊपर तक ले आनी है, ये छड़ियाँ ऊपर तक ला के ना बाकी सारा जाल ऐसे सेम आ जाएगा, ठीक है। और उसके बाद इसका मैक्सी नेट पे बननी है, ठीक है, मैक्सी का कलर ग्रे होगा, दुपट्टे का कलर मिंट होगा, मैं कलर आपको शेड से सेंड कर देता हूँ। और मैक्सी के बॉर्डर में और जाल के अंदर ना 40 नंबर स्टोन लगवाने हैं दुपट्टे के कलर के, मिंट कलर के, ठीक है। उस्मान भाई ए था दुपट्टा जी, दुपट्टा बिल्कुल सेम बनना जी, ठीक है, बाजू से जी पट्टी है बाजू की पट्टी बननी है, तो स्प्रे जरा संघना होना जी। उस्मान भाई मैक्सी ग्रे कलर च बननी जी, ए शेड आएगी, ठीक हो गया, तो दुपट्टा जड़ा वे ना इस कलर का बनना जे, ठीक है। कटिंग मेरे कोल ने कहोगे तो हम दे देंगे, ठीक है, मुकम्मल नेट से तैयार होना जे। तो मैक्सी के 40 नंबर स्टोन जो ना दुपट्टे वाले कलर के मैक्सी के भी लगाने ने, दुपट्टे के नहीं लगाने। अस्सलाम वालेकुम जी भजन, की हाल है, ठीक हो, खरीयत है। सर पीस एक बुक किया वे, तो ये कोई चेंजिंग तब्दीली नहीं हैगी, बस थोड़ी थोड़ी व्डिया व्डिया तब्दीलियां ने सुन लवो। है जरा ब्लाउज है ना, ए बाडी वक्री बनेगी 20 इंच की, ठीक है जी। उस तो बाद जरा एक पीस टाकना 55 इंच का फ्रंट का, वो तीन पीस टाकोगे, ए मैं तो निशान लगया वे, एक पास्यों 20 इंच होएगा, दूजे कोने तो 40 इंच होएगा, 55 इंच का पीस भी सा टाकोगे। ए समझो ए तिरछा इंज समझो एक धागे ने निशान ला लिया जी, इंज भी एक पास 20 तो दूजे पास 40 रख के, ए थले कपड़ा सादा रहेगा। ऐसे से तो समझो थोड़े बार्डर ए दो बार्डर बनाए ने ना, वो दो इंज बनाए ने कि एक ए वाला हो गया तो एक ए वाला हो गया, समझो ए काम यही रहेगा। इंज छप के अगे जरा वे ना जो अस एक पास यानी कि 20 होना ना, दूजे पास जो 40 वाल जाना ना, तो यह जाल न उत्ते वधा देना 40 वाले पास, तुसी ते जेड़ा इहदा बाजू जे ना उहदे नीचे सिंगल है पट्टी जे, ते फिर जिहड़ी हैगी जी ना ए वाली चीज़ इहदियां तिरछियां लैणा पैणियां ने, इस शक्ल दे विच नोक जिहड़ी ना उतले पासे नूं जावे तिरछियां लैणा दी, ते सब तों उत्ते इक ना मोटिव आणा ए वाला, ठीक है जी। ते दुपट्टा जिवें बनदा उवें ही होएगा, बैक दे विच जिहड़ा जी सर जी उस तरह 55 इंच का पीस टाकांगे, एक पासों 20 एक पासों 40 रख के धागे का निशान ला लेंगे। सिंग ए बार्डर बनेगा ए वाला सिर सिंगल, तो उपर छटा आ जाएगा, ठीक है जी, ए बैक का जे, तो एदा साइज वगैरह सारा लिखा जे। ब्लाउज अलहदा बनना है, लंबाई 20 है, तीरा 15, चेस्ट 20, कमर 16, हिप 20, बाजू 16, तो कम मुकम्मल गोल्डन होना जे। तो यदी वापसी जी जे 15 दिन के अंदर अंदर चाहिए जे सानू लाजमी, बहुत शुक्रिया मेहरबानी। समझो अज तरीक हैगी है 9 है ना, तो 24 तरीक में सानू मिल जाए, ऐसो लेट ना हो। वेलकम टू एन ब्राइडल हाउस, आज हम आपके लिए एक बेहतरीन डिज़ाइन जो कि मशीन से तैयार किया गया है, इसकी जो धागादारी है वो मशीन की है और बाकी जो ऊपर माल वगैरह लगा हुआ है वो हाथ हैंडमेड है। तो ये बहुत ही खूबसूरत डिज़ाइन है, हमने खुद ऑर्डर पर बनवाया है और ये एक न्यू लग्जरी डिज़ाइन होने वाला है। अब देखते हैं कि ये मार्केट में चलता है कि नहीं, और ये भी अनकम्प्लीट है और ये पहला ही सैंपल है, अल्लाह करे चल पड़े। अस्सलाम वालेकुम भैया, दिखना जरा पीस जरा, पहले ऑर्गेन्जा दे बनना है पिस्ता कलर, सेम टू सेम जिस तरह पैन मैक्सी बनी हुई, इसी तरह पैन बाजू भी इसी तरह बने ने, जिस तरह बने हुए ने भैया, इनर यह भी पिस्ता कलर से बने जिस तरह बने हुआ है, दुपट्टा भी जिस तरह बने हुआ है, बैग भी जिस तरह बनी हुई इसी तरह, पैन ए साइज तो कोशिश करना, पैन टाइम शॉर्ट है तो यकम तक इदो पहले ही आ जाए, लंबाई रखनी है 56, ऑर्गेन्जा सेम काम सेम काम।